ਪੰਜਾਬ ਅੰਦਰ ਹੋਂਦ ਵਿੱਚ ਆ ਰਹੀਆਂ ਨਵੀਆਂ ਸਿਆਸੀ ਪਾਰਟੀਆਂ ਕਾਂਗਰਸ ਦੇ ਇਸ਼ਾਰੇ ਤੇ ਬਣ ਰਹੀਆਂ ਹਨ ਅਤੇ ਇਹ ਕਾਂਗਰਸ ਦਾ ਹੀ ਫਰੰਟ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਅਜਨਾਲਾ ਸ਼ਹਿਰ ਵਿੱਚ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭਾਈ ਜ਼ੋਰਾਵਰ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਇਹਨਾਂ ਸਿਆਸੀ ਪਾਰਟੀਆਂ ਦਾ ਮਕਸਦ ਹੈ ਕਿ ਵਿਰੋਧੀ ਵੋਟ ਵੰਡੀ ਜਾਵੇ ਅਤੇ ਇਸ ਦਾ ਸਿੱਧਾ ਲਾਭ ਕਾਂਗਰਸ ਨੂੰ ਹੋਵੇ ਪਰ ਪੰਜਾਬ ਦੇ ਸੂਝਵਾਨ ਲੋਕ ਇਹਨਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਇੱਕ ਗੱਲ ਮੈਨੂੰ ਦੱਸੋ ਸਵੇਰੇ ਤਾਂ ਕਹਿੰਦੇ ਕੇਜਰੀ ਹਾਲ ਮਾੜਾ ਸ਼ਾਮ ਨੂੰ ਕਹਿੰਦੇ ਗਠਵੱਢਨ ਵਿੱਚ ਸ਼ਾਮਲ ਹੋ ਜਾ ਮੈਨੂੰ ਤਾਂ ਉਹ ਕਹਾਣੀ ਨਹੀਂ ਸਮਝ ਆਉਂਦੀ ਮੈਂ ਤੁਹਾਨੂੰ ਤਾਂ ਦੇ ਕਹਿ ਰਿਹਾ ਇਹ ਸਾਰੀ ਪਾਰਟੀਆਂ ਇੱਕ ਕਾਂਗਰਸ ਦਾ ਫਰੰਟ ਹੈ ਕਾਂਗਰਸ ਦੀ ਵੀ ਟੀਮ ਹੈ ਆਪੋਜੀਸ਼ਨ ਦੀ ਵੋਟ ਡਿਵਾਈਡ ਕਰਨ ਦੀ ਗੱਲ ਹੈ ਨਹੀਂ ਤਾਂ ਕਾਂਗਰਸ ਨਾਲ ਜੇ ਖੈਰਾ ਸਾਹਿਬ ਨੂੰ ਏਡੀ ਢਿੱਡ ਪੀੜ ਹੈ ਇਹ 25 ਸਾਲਾਂ ਤੋਂ 22 ਸਾਲ ਦਾ ਕਾਂਗਰਸ 'ਚ ਰਹੇ ਪੰਜ ਤੋਂ ਚਾਰ ਇਲੈਕਸ਼ਨਾਂ ਕਾਂਗਰਸ 'ਚ ਲੜੀਆਂ ਅੱਜ ਵੀ ਆਪ ਦੀ ਭਾਈਆ ਸਾਹਿਬ ਨੂੰ ਆਪ ਦੀ ਭਨੇਵੀ ਨੂੰ ਭੈਣ ਜੀ ਨੂੰ ਤਾਂ ਉੱਥੇ ਛੱਡਿਆ ਆ ਲੱਖਾਂ ਰੁਪਈਆ ਪੰਜਾਬ ਦੇ ਐਕਸਚੈਕਰ ਤੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਫਾਇਦੇ ਲਈ ਉਹਨਾਂ ਨੂੰ ਦੇ ਰਿਆ ਜਿੱਥੋਂ ਤਨਖਾਹਾਂ ਚੱਲ ਰਹੀਆਂ ਬੱਤੀ ਦੇ ਬਿੱਲ ਜਾ ਰਹੇ ਸਭ ਕੁਝ ਆ ਰਿਹਾ ਇਹ ਲੋਕਾਂ ਦੀ ਅੱਖਾਂ 'ਚ ਘਟਾ ਪਾ ਦਿਓ ਕਿ ਕਾਂਗਰਸ ਮਾਰੀ ਐ ਤੇ ਟੱਬਰ ਸਾਰਾ ਉੱਥੋਂ ਤਨਖਾਹ ਲੈ ਜੇ ਇਸ ਲਈ ਮੈਂ ਤੁਹਾਨੂੰ ਸਭ ਨੂੰ ਕਹਿੰਦਾ ਲੋਕ ਬੜੇ ਸਿਆਣੇ ਆ ਇੱਕਾਰੀ ਤਾਂ ਹੋ ਲਿਆ ਬਾਰ ਬਾਰ ਉਹਨਾਂ ਦੀ ਗੱਲਾਂ 'ਚ ਕਿਸੇ ਨੇ ਨਹੀਂ ਆਉਣਾ ਇਹ ਕਾਂਗਰਸ ਦਾ ਫਰੰਟ ਫੇਲ ਹੋਣਾ ਇਸ ਦੇ ਨਾਲ ਹੀ ਮਜੀਠੀਆ ਨੇ ਇਹ ਵੀ ਕਿਹਾ ਕਿ ਉਹ ਹਲਕਾ ਅਜਨਾਲਾ ਨੂੰ ਅਕਾਲੀ ਦਲ ਦਾ ਗੜ ਮੰਨਦੇ ਹਨ ਦੇਖੋ ਮੈਂ ਅਜਨਾਲੇ ਹਲਕੇ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗੜ ਮੰਨਦਾ ਕਿਉਂਕਿ ਸਾਡੇ ਵਰਗਾ ਕੋਈ ਐਮਐਲਏ ਨਹੀਂ ਬਣ ਸਕਦਾ ਸਾਡੇ ਆਪ ਦੀਆਂ ਤਾਂ ਚੰਦ ਵੋਟਾਂ ਹੁੰਦੀਆਂ ਨੇ ਸਾਡੇ ਤੇ ਜੇ ਮਿਹਰਬਾਨੀ ਹੁੰਦੀ ਹੈ ਇਲਾਕੇ ਦੇ ਲੋਕਾਂ ਦੀ ਮਿਹਰਬਾਨੀ ਹੁੰਦੀ ਹੈ ਇਹ ਜਿੰਨੀ ਕਰੀਮ ਹੈ ਮੈਂ ਇਹਨਾਂ ਦਾ ਸਭ ਦਾ ਦਿਲ ਦੀਆਂ ਗਹਿਰਾਈਆਂ ਚੋਂ ਇੱਥੇ ਧੰਨਵਾਦ ਕਰਨ ਆਇਆ ਕਿ ਪਿਛਲੇ ਸਮਿਆਂ ਤੋਂ ਜੋ ਖਬਰਾਂ ਲੱਗ ਰਹੀਆਂ ਸਨ ਉਹਦਾ ਜਵਾਬ ਮੇਰੇ ਦੇਣ ਦੀ ਜਗ੍ਹਾ ਇਹ ਸਤਕਾਰਯੋਗ ਸਮੂਚੀ ਸ਼ਰੋਮਣੀ ਅਕਾਲੀ ਦਲ ਦੀ ਅਜਨਾਲੇ ਹਲਕੇ ਦੀ ਟੀਮ ਦੇ ਰਹੀ ਹੈ ਅੱਜ ਸਾਰੇ ਜਿਹੜੇ ਅਜਨਾਲੇ ਨਾਲ ਸੰਬੰਧਿਤ ਸਾਡੇ ਪ੍ਰਧਾਨ ਜੀ ਆ ਬੈਠੇ ਇਹਨਾਂ ਦੀ ਫੋਟੋ ਤੁਸੀਂ ਉਸ ਦਿਨ ਵੇਖੀ ਹੋਣੀ ਜਿਸ ਦਿਨ ਮਾੜਾ ਮੋਟਾ ਕੰਮ ਹੋਇਆ ਸੀ ਤਾਂ ਠਾ ਇਹਨਾਂ ਨੇ ਜਦ ਮਹਿਸੂਸ ਕੀਤਾ ਕਿ ਇਹ ਕੰਮ ਠੀਕ ਨਹੀਂ ਅੱਜ ਇਹ ਜਰਾਵਰ ਜੀ ਇਹਨਾਂ ਦੇ ਸਾਰੇ ਕਾਉਂਸਲਰ ਸਹਿਬਾਨ ਸਮੂਚੀ ਟੀਮ 10 ਜੀ ਪੰਚਟੋ ਮੈਂ ਕੱਲੇ-ਕੱਲੇ ਦਾ ਨੋ ਲਵਾਂਗਾ ਤੇ ਲੰਮਾ ਸਮਾਂ ਲੱਗ ਜਾਂਦਾ 10 ਕਾਉਂਸਲਰ ਸਹਿਬਾਨ ਇਸੇ ਤਰ੍ਹਾਂ ਰਮਦਾਸ ਦੇ ਪ੍ਰਧਾਨ ਸਹਿਬਾ ਤੇ ਸਾਰੇ ਕਾਉਂਸਲਰ ਸਹਿਬਾਨ ਬੀਬੀ ਜੀ ਤੇ ਉਹਨਾਂ ਦੇ ਜਿੰਨੇ ਵੀ ਕਾਉਂਸਲਰ ਸਹਿਬਾਨ ਉਹਨਾਂ ਦੋਵਾਂ ਨੇ ਜਿੱਥੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਬਾਦਲ ਨਾਲਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲਾ ਸ਼੍ਰੋਮਣੀ ਅਕਾਲੀ ਦਲ ਨਾਲਾ ਅਜਨਾਲਾ ਤੋਂ ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ